हाँ जी दोस्तों, मेरे पिछे तुसी देख रहे हैं बड़ा सोहना फार्म ट्रैक 60। साढ़े पंजाबियों के खास करके बड़े पसंदीदार ट्रैक्टर के एक ट्रैक्टर है। एक ट्रैक्टर मेरे पिछे खड़ा, तो एक ट्रैक्टर के मैं फेंडर के उपर अपना कैमरा रखा हुआ है। अज इस वीडियो के दो ट्रैक्टर दिखावे। इन्हों रिस्टोर नहीं किया गया, कोई मेजर इन्हों के उपर कोई खास इदा का काम नहीं किया गया कि एक शो ट्रैक्टर नहीं है, एक हंडन वाले ट्रैक्टर ने, एक डेली रूटीन दे विच यूज़ आने वाले ट्रैक्टर ने। इन्हों के टचअप्स किए गए ने, किस तरह इन्होंने ट्रैक्टर नू एक नवा जीवन, एक नवा मेकओवर दिता गया है, ये उपर अज की वीडियो है जी। मैं आया हुआ फिर तो अज PB7 मॉडिफायर्स हुशियारपुर, तो चलो सीधा तुहानू लैके चलते हैं PB7 मॉडिफायर्स हुशियारपुर के ओनर गुरजीत सिंह ढिल्लोहणा दे कोल। ते सत श्री अकाल, आदाब, नमस्ते दोस्तों, मेरा नाम है हरप्रीत सिंह, तुसी देख रहे हो मेरा यूट्यूब चैनल आई एम हीरो। ਬੋਨਟਸ ਇੰਨੇ ਜ਼ਿਆਦਾ ਖਰਾਬ ਸੀਗੇ, ਸਟਿੱਕਰਸ ਬਿਲਕੁਲ ਫੇਡਡ ਸੀਗੇ। ਸੋ ਸਾਨੂੰ ਬੋਨਟ ਤਾਂ ਕੰਪਲੀਟਲੀ ਹੀ ਪੇਂਟ ਕਰਨੇ ਪਏ। ਐਂਡ ਸਟਿੱਕਰਸ ਜਿਹੜੇ ਆ ਓਰੀਜਨਲ ਲੱਗੇ ਨੇ ਜੀ ਈਟੋਪ ਦੇ। ਜੇਕਰ ਮੈਂ ਫਾਰਮ ਟਰੈਕ ਔਰ ਮੈਸੀ ਦੇ ਵਿੱਚ ਫਰਕ ਦੀ ਗੱਲ ਕਰਾਂ, ਖਾਸ ਕਰਕੇ ਤੁਹਾਨੂੰ ਤਾਂ ਮੈਸੀ ਕਹਿੰਦਾ ਬਹੁਤ ਪਿਆਰਾ, ਹੈ ਨਾ, ਤੇ ਤੁਹਾਨੂੰ ਫਾਰਮ ਟਰੈਕ ਔਰ ਮੈਸੀ ਦੇ ਵਿੱਚ ਕੀ ਫਰਕ ਖਾਸ ਕਰਕੇ ਲੱਗਦਾ ਆ? ਦੇਖੋ ਫਰਕ ਤਾਂ ਮਤਲਬ ਵੈਸੇ ਤਾਂ ਬਹੁਤ ਨੇ ਜੀ। ਬੇਸਿਕ ਡਿਜ਼ਾਈਨ ਜਦੋਂ ਸ਼ੁਰੂ ਹੋਏ ਆ ਤਾਂ ਪਹਿਲਾਂ ਇਹ 4-3600 ਤੇ ਇਹ ਇਹਨਾਂ ਨੂੰ ਭਰਾ ਹੀ ਕਹਿ ਸਕਦੇ ਸੀ ਆਪਾਂ। ਹਾਂਜੀ, ਥੋੜੇ ਬਹੁਤ ਫਰਕ ਤਾਂ ਆਫਕੋਰਸ ਦੋ ਕੰਪਨੀਆਂ ਦੇ ਕਾਪੀਰਾਈਟਸ ਹੁੰਦੇ, ਇੱਕ ਦੂਜੇ ਦੇ ਯੂਜ਼ ਨਹੀਂ ਕਰ ਸਕਦੇ ਹੁੰਦੇ। ਬਟ ਅਦਰਵਾਈਜ਼ ਇਹਦੇ ਆਪਣੇ ਐਡਵਾਂਟੇਜਸ ਨੇ ਜੀ। ਇਹ ਭਾਰਾ ਆ ਟਰੈਕਟਰ, ਟ੍ਰੇਲਰ ਲਈ ਬਹੁਤ ਵਧੀਆ, ਟਰਾਲੀਆਂ ਪਾਉਣ ਲਈ ਬਹੁਤ, ਟਰਾਲੀ ਨੂੰ ਖਿੱਚਣ ਲਈ ਬਹੁਤ ਦਮਦਾਰ ਹੈ ਟਰੈਕਟਰ। ਜਿਹੜੀ ਟਿਲੇਜ ਆ ਉਹ ਮੈਸੀ ਵਾਂਗ ਕੋਈ ਜਿਹੜਾ ਉਹਦਾ ਲਿਫਟ ਦਾ ਕੰਟਰੋਲ ਇੰਨਾ ਪ੍ਰਿਸਾਈਜ਼ ਹੈ ਕਿ ਉਹਦੇ ਵਾਂਗ ਮੈਸੀ ਵਾਂਗ ਕੋਈ ਲਿਫਟ ਨਹੀਂ ਕਿਸੇ ਤੋਂ ਬਣ। ਠੀਕ ਆ ਜੀ, ਫਿਊਲ ਐਫੀਸ਼ੀਐਂਟ ਬਹੁਤ ਜ਼ਿਆਦਾ ਮੈਸੀ, ਇਹ ਤੇਲ ਜ਼ਿਆਦਾ ਖਾਂਦੇ ਨੇ, ਇਹ ਥੋੜ੍ਹਾ ਵੱਧ ਖਾਂਦੇ ਨੇ, ਇਹ ਕਾਫੀ ਵੱਧ ਖਾ ਜਾਂਦੇ ਆ ਜੀ। ਫਾਰਮ ਟਰੈਕ ਨੇ ਉਹੀ ਡਿਜ਼ਾਈਨ ਨੂੰ ਅੱਗੇ ਕੈਰੀ ਫਾਰਵਰਡ ਕਰਦੇ ਰਹੇ ਔਰ ਅੱਜ ਤੱਕ ਵੀ ਫਾਰਮ ਟਰੈਕ ਦੇ 4-3600 ਦਾ ਸਮਾਨ ਸਾਰਾ ਸਿਮਿਲਰ ਹੈ ਜੀ। ਇਹਦਾ ਸਮਾਨ ਉਹਨੂੰ ਲਾ ਦਿਓ, ਉਹਦਾ ਇਹਨੂੰ ਲਾ ਦਿਓ, ਸੋ ਇਟ ਇਜ਼ ਆਲ ਇੰਟਰਚੇਂਜੇਬਲ। ਪਰ ਨਿਊ ਹਾਲੈਂਡ ਦਾ ਕੋਈ ਸਮਾਨ ਵੀ ਨਾ ਫਾਰਮ ਟਰੈਕ ਨੂੰ ਲੱਗਦਾ ਨਾ ਫੋਰ ਨੂੰ ਲੱਗਦਾ। ਕਾਫੀ ਸਾਰੇ ਪਾਰਟਸ ਸੀ ਫਾਰਮ ਟਰੈਕ ਦੇ ਫੋਰ ਦੇ, ਕਾਫੀ ਸਾਰੀ ਰੇਂਜ ਅਸੀਂ ਐਡ ਕਰ ਲਈ ਆ ਐਂਡ ਅਸੀਂ ਫਰਦਰ ਹੋਰ ਐਡ ਕਰ ਰਹੇ ਸਮਾਨ। ਬੇਸਿਕਲੀ ਹਲੇ ਅਸੀਂ ਸਮਾਨ ਰਿਟੇਲ ਤਾਂ ਨਹੀਂ ਕਰ ਪਾ ਰਹੇ ਕਿਉਂਕਿ ਸਾਡੇ ਆਪਣੀ ਰਿਕੁਆਇਰਮੈਂਟ ਬਹੁਤ ਹੁੰਦੀ ਆ। ਹਾਂਜੀ, ਬਟ ਇਨ ਦਾ ਨੀਅਰ ਫਿਊਚਰ ਅਸੀਂ ਸ਼ਾਇਦ ਇੱਕ ਮਤਲਬ ਆਪਣਾ ਡਿਸਟ੍ਰੀਬਿਊਸ਼ਨ ਚੈਨਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੁਖੋ ਇੰਟਰਨੈਸ਼ਨਲ ਦੇ ਨਾਲ। ਹਾਂਜੀ ਗੁਰਜੀਤ ਸਿੰਘ ਢਿੱਲੋਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਜੀ? ਬਹੁਤ ਵਧੀਆ ਜੀ। ਅੱਜ ਸਾਡੇ ਕੋਲ ਇੱਕ ਨਹੀਂ, ਦੋ ਟਰੈਕਟਰ ਖੜੇ ਹੋਏ ਨੇ ਤੇ ਦੋਨੋਂ ਹੀ ਫਾਰਮ ਟਰੈਕ ਨੇ ਜੀ। ਹਾਂਜੀ, ਦੋਨੋਂ ਹੀ ਫਾਰਮ। ਤੇ ਪਹਿਲਾਂ ਇਹਨਾਂ ਦੇ ਮਾਡਲਾਂ ਦੀ ਗੱਲ ਕਰਦੇ ਆਂ, ਸਟਿੱਕਰਾਂ ਦੇ ਹਿਸਾਬ ਨਾਲ ਮੈਨੂੰ ਇੱਕ ਨਵਾਂ ਤੇ ਇੱਕ ਪੁਰਾਣਾ ਲੱਗਦਾ ਦੇਖਣ ਨੂੰ। ਹਾਂਜੀ, ਆ ਹੈਗਾ ਜੀ ਨਵਾਂ 2009 ਮਾਡਲ। ਠੀਕ ਹੈ ਜੀ। ਤੇ ਉਹ ਹੈਗਾ ਜੀ ਪੁਰਾਣਾ, ਉਹ 2007 ਮਾਡਲ। 2007 ਮਾਡਲ ਹੈ ਜੀ। ਹਾਂਜੀ, ਤੇ ਪਰ ਮਾਡਲਾਂ ਦੇ ਹਿਸਾਬ ਨਾਲ ਦੇਖੀਏ ਇੰਨੇ ਪੁਰਾਣੇ ਲੱਗਦੇ ਨਹੀਂ ਉਹ। ਇਹਨਾਂ ਤੇ ਇਹੋ ਜਿਹਾ ਕਿਹੜਾ ਜਾਦੂ ਕੀਤਾ ਸ਼ੋਅ ਨੂੰ ਦੇਖ ਕੇ ਲੱਗਦਾ? ਅਸੀਂ ਇਹਨਾਂ ਤੇ ਥੋੜੇ ਟੱਚ-ਅਪਸ ਕੀਤੇ ਨੇ। ਹਾਂਜੀ, ਦੋਨਾਂ ਟਰੈਕਟਰਾਂ ਦੇ। ਹਾਂਜੀ, ਦੋਨੋਂ ਟਰੈਕਟਰ ਇੱਕੋ ਹੀ ਓਨਰਸ ਦੇ ਨੇ ਐਂਡ ਸਾਡੇ ਕੋਲ ਆਏ ਸੀ ਰੂਟੀਨ ਸਰਵਿਸਿੰਗ ਲਈ ਤੇ ਟੱਚ-ਅਪਸ ਲਈ। ਠੀਕ ਹੈ ਜੀ। ਠੀਕ ਹੈ ਜੀ, ਕਿਉਂਕਿ ਇੰਨੇ ਸਾਲਾਂ 'ਚ ਟਰੈਕਟਰਸ ਨੂੰ ਮੇਨਟੇਨੈਂਸ ਦੀ ਲੋੜ ਪੈਂਦੀ ਆ, ਸਪੈਸ਼ਲੀ ਜਦੋਂ ਆਹ ਵਾਲੇ ਮਾਡਲ ਆਏ ਸੀ ਨਾ ਜੀ 2004 ਤੋਂ ਲੈ ਕੇ 8-9 ਤੱਕ ਜਾਂ 10 ਤੱਕ ਵੀ, ਇਹਨਾਂ ਦੇ ਵਿੱਚ ਰੰਗ ਪੱਟ ਹੋਣ ਦੀ ਪ੍ਰੋਬਲਮ ਸੀ। ਹਾਂਜੀ, ਪੇਂਟ ਪੀਲ ਆਫ ਹੁੰਦਾ ਸੀ ਇਹਨਾਂ ਦਾ, ਮਤਲਬ ਪੀਸਿਸ ਆਏ ਤੁਸੀਂ ਭਾਵੇਂ 9 ਨਾ ਖਰੀਦ ਕੇ ਲਾ ਦਿਓ, ਬਿਲਕੁਲ ਉਹ ਪ੍ਰੋਬਲਮ ਆਉਂਦੀ ਹੁੰਦੀ ਸੀ। ਸੋ ਇਹਨਾਂ ਦੋਨਾਂ ਟਰੈਕਟਰਾਂ ਦੀ ਹਾਲਤ ਜਦੋਂ ਸਾਡੇ ਕੋਲ ਆਏ ਸੀ ਤਾਂ ਹਾਲਤ ਖਰਾਬ ਸੀਗੀ ਕਿਉਂਕਿ ਇਹਨਾਂ ਦੋਨਾਂ ਦੇ ਰੰਗ ਪੱਟ ਹੋਏ ਸੀ, ਸੋ ਟਰੈਕਟਰ ਬਹੁਤ ਜ਼ਿਆਦਾ ਬੁੱਢੇ ਲੱਗਦੇ ਸੀ ਦੇਖਣ ਨੂੰ। ਇਹ ਪਰ ਹੁਣ ਕਾਫੀ ਜਵਾਨ ਹੋ ਗਏ ਨੇ, ਹੁਣ ਤਾਂ ਬਹੁਤ ਜਵਾਨ ਹੋ ਗਏ। ਮੈਨੂੰ ਲੱਗਦਾ ਨਹੀਂ ਟੱਚ-ਅਪ ਕੀਤਾ ਤੁਸੀਂ, ਪੂਰਾ ਮੇਕਓਵਰ ਕਰ ਦਿੱਤਾ ਇਹਨਾਂ ਦਾ? ਨੋਟ ਰੀਅਲੀ, ਅਸੀਂ ਸਿਰਫ ਇਹਨਾਂ ਦੇ ਵਿੱਚ ਟੱਚ-ਅਪ ਹੀ ਕੀਤੇ ਨੇ। ਦੇਖੋ ਇਦਾਂ ਕਿ ਬੋਨਟਸ ਇੰਨੇ ਜ਼ਿਆਦਾ ਖਰਾਬ ਸੀਗੇ, ਸਟਿੱਕਰਸ ਬਿਲਕੁਲ ਫੇਡਡ ਸੀਗੇ, ਸੋ ਸਾਨੂੰ ਬੋਨਟ ਤਾਂ ਕੰਪਲੀਟਲੀ ਹੀ ਪੇਂਟ ਕਰਨੇ ਪਏ ਐਂਡ ਸਟਿੱਕਰਸ ਜਿਹੜੇ ਆ ਓਰੀਜਨਲ ਲੱਗੇ ਨੇ ਜੀ ਈਟੋਪ ਦੇ, ਸੋ ਸਟਿੱਕਰਸ ਕੰਪਲੀਟ ਲੱਗੇ ਨੇ। ਹਾਂਜੀ, ਫਿਰ ਜਦੋਂ ਅਸੀਂ ਇਸ ਲੈਵਲ ਤੱਕ ਆ ਜਾਂਦੇ ਨਾ ਜੀ, ਫਿਰ ਸਾਨੂੰ ਪੁਰਾਣੀਆਂ ਲਾਈਟਸ ਵਗੈਰਾ ਅਸੀਂ ਨਹੀਂ ਚਲਾ ਸਕਦੇ ਹੁੰਦੇ। ਉਹਦਾ ਰੀਜ਼ਨ ਹੈ ਕਿਉਂਕਿ ਫਿਰ ਟਰੈਕਟਰ ਅਦਰਵਾਈਜ਼ ਸਾਰਾ ਨਵਾਂ ਲੱਗਣ ਲੱਗ ਜਾਂਦਾ, ਲਾਈਟਸ ਵਗੈਰਾ ਤੋਂ ਬਹੁਤ ਪੁਰਾਣਾ ਲੱਗਦਾ ਟਰੈਕਟਰ। ਸੋ ਇਹਦੇ 'ਚ ਫਿਰ ਅਸੀਂ ਹੈੱਡਲਾਈਟਸ ਵੀ ਰਿਪਲੇਸ ਕੀਤੀਆਂ। ਠੀਕ ਹੈ ਜੀ, ਬੰਪਰਸ ਪੇਂਟ ਹੋਏ ਨੇ, ਰੂਟੀਨ ਸਰਵਿਸਿੰਗ ਤੋਂ ਲੈਦਾ ਇਹਦੇ ਫਰੰਟ ਰਿਮਸ ਪੇਂਟ ਹੋਏ ਆ। ਅੱਛਾ, ਰਿਮਸ ਵੀ ਪੇਂਟ ਹੋਏ ਨੇ ਇਹਦੇ? ਪੁਰਾਣੇ ਹੀ ਰਿਮਸ ਨੇ। ਠੀਕ ਹੈ ਜੀ। ਇਹ ਟਰੈਕਟਰ ਜਿਹੜਾ ਇਹਨਾਂ 'ਚੋਂ ਇੱਕ ਟਰੈਕਟਰ ਪਰਲੇ ਵਾਲਾ ਛੋਟੇ ਟਾਇਰਾਂ ਵਾਲਾ, ਉਹ ਕੱਦੂ 'ਚ ਬਹੁਤ ਚੱਲਦਾ ਰਿਹਾ ਹੋਇਆ। ਹਾਂਜੀ, ਸੋ ਕੱਦੂ ਦੇ ਨਾਲ ਨਾ ਜੀ ਰੰਗ ਬਹੁਤ ਵੱਡ ਹੋ ਜਾਂਦਾ ਰਿਮਰ ਉਮਰ। ਠੀਕ ਹੈ ਜੀ। ਸੋ ਇਹ ਦੁਬਾਰਾ ਹੀ ਅਸੀਂ ਰਿਸਟੋਰ ਕੀਤੇ ਰਿਮਸ। ਠੀਕ ਹੈ ਜੀ। ਨਟ ਬੋਲਟਸ ਨਵੇਂ ਪਾਏ ਨੇ। ਠੀਕ ਹੈ ਜੀ। ਅਤੇ ਇੱਦਾਂ ਹੀ ਆਪਾਂ ਪਿਛਲੇ ਸਾਈਡ 'ਤੇ ਆ ਜਾਈਏ, ਮਡਗਾਰਡਸ ਪੁਰਾਣੇ ਹੀ ਨੇ, ਨਾਲ ਵਾਲੇ ਮਡਗਾਰਡ ਨੇ, ਬਹੁਤ ਜ਼ਿਆਦਾ ਖਰਾਬ ਹਾਲਤ 'ਚ ਸੀਗੇ, ਰੰਗ ਰੁੰਗ ਲਿਆ ਹੋਇਆ ਸੀ, ਰਸਟਿੰਗ ਹੋਈ ਸੀ, ਡੈਂਟ ਸੀਗੇ, ਸੋ ਮਡਗਾਰਡਸ ਵੀ ਅਸੀਂ ਪੁਰਾਣੇ ਹੀ ਰਿਪੇਅਰ ਕੀਤੇ ਨੇ। ਅਤੇ ਮੈਂ ਪਿਛਲੇ ਟਾਇਰ 'ਤੇ ਆਉਣਾ ਗੁਰਜੀਤ ਭਾਅ ਜੀ, ਆਪਾਂ ਦੇਖ ਰਹੇ ਹਾਂ ਕਿ ਆਹ ਵਾਲੇ ਬੋਲਟਸ ਤਾਂ ਤੁਸੀਂ ਗਲਬਨਾਈਜ਼ ਕੀਤੇ ਹੋਏ ਨੇ, ਬਟ ਇਹ ਵਾਲੇ ਬੋਲਟਸ ਨੂੰ ਤੁਸੀਂ ਵਿੱਚੇ ਹੀ ਪੇਂਟ ਕਰ ਦਿੱਤਾ ਹੋਇਆ? ਥੋੜ੍ਹਾ ਜਿਹਾ ਇਸ ਟਰੈਕਟਰ, ਕਿਉਂਕਿ ਰਨਿੰਗ ਵਾਲੇ ਟਰੈਕਟਰਸ ਹੁੰਦੇ ਆ, ਇਹਨਾਂ ਨੂੰ ਅਸੀਂ ਸ਼ੋਰਟ ਟਰੈਕਟਰ ਵਾਂਗ ਨਹੀਂ ਤਿਆਰ ਕੀਤਾ, ਅਸੀਂ ਇਹਨਾਂ ਨੂੰ ਰੂਟੀਨ ਯੂਜ਼ ਵਾਲੇ ਟਰੈਕਟਰਸ ਵਾਂਗ ਕੀਤਾ ਤਿਆਰ। ਠੀਕ ਹੈ, ਥੋੜ੍ਹਾ ਕੋਸਟ ਇਫੈਕਟਿਵ ਵੀ ਰੱਖਿਆ ਜੀ। ਠੀਕ ਹੈ, ਅਸੀਂ ਆਹ ਨਟਸ ਨਵੇਂ ਨਹੀਂ ਪਾਏ।
ਠੀਕ ਹੈ ਜੀ। ਇਹਦੇ ਪੁਰਾਣੇ ਵੀ ਪਹਿਲਾਂ ਵੀ ਪੇਂਟਡ ਹੀ ਸੀਗੇ, ਸੋ ਅਸੀਂ ਇਹਨਾਂ ਨੂੰ ਵਿੱਚ ਪੇਂਟ ਕਰਤਾ। ਠੀਕ ਹੈ ਜੀ। ਗਵਲੇ ਵਾਲਿਆਂ ਨੂੰ ਬਹੁਤ ਜ਼ਿਆਦਾ ਰਸਟਿੰਗ ਹੋਈ ਹੋਈ ਸੀ ਐਕਸਲ ਦੇ ਨਟ ਬੋਲਟਸ ਨੂੰ, ਇਸ ਕਰਕੇ ਅਸੀਂ ਨਵੇਂ ਪਾਤੇ। ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਇਹਦੇ ਫੈਂਡਰਸ 'ਤੇ ਆਉਂਦੇ ਹਾਂ। ਫੈਂਡਰ ਦੇ ਰਿਪਲੇਸ ਤਾਂ ਨਹੀਂ ਤੁਹਾਨੂੰ ਕਰਨੇ ਪੈਣਾ? ਨਹੀਂ ਨਹੀਂ, ਫੈਂਡਰਸ ਉਹ ਪੁਰਾਣੇ ਨੇ ਜੀ। ਫੈਂਡਰਸ ਪੁਰਾਣੇ ਹੀ ਨੇ। ਹਾਂਜੀ। ਅਤੇ ਇਹਦੇ ਉੱਪਰ ਡੀਕੈਲਸ ਲੱਗੇ ਹੋਏ ਨੇ ਜਿਹੜੇ ਨਵੇਂ ਓਰਿਜਨਲ? ਇਹ ਨਵੇਂ ਓਰਿਜਨਲ ਨੇ ਨਾ ਜੀ। ਅਤੇ ਤੁਹਾਡੇ ਕੋਲ ਇਹਦੇ ਪਾਰਟਸ ਦੀ, ਮੈਨੂੰ ਇੰਨਾ ਪਤਾ ਕਿ ਤੁਹਾਡੇ ਕੋਲ ਫਾਰਮ ਟਰੈਕ ਦੇ ਪਾਰਟਸ ਦੀ ਅਵੇਲੇਬਿਲਟੀ ਹੁਣ ਹੁੰਦੀ ਆ? ਹਾਂਜੀ, ਕਾਫੀ ਸਾਰੇ ਪਾਰਟਸ ਸੀ ਫਾਰਮ ਟਰੈਕ ਦੇ ਫੋਰਡ ਦੇ, ਕਾਫੀ ਸਾਰੀ ਰੇਂਜ ਅਸੀਂ ਐਡ ਕਰ ਲਈ ਆ ਐਂਡ ਅਸੀਂ ਫਰਦਰ ਹੋਰ ਐਡ ਕਰ ਰਹੇ ਸਮਾਨ। ਬੇਸਿਕਲੀ ਹਲੇ ਅਸੀਂ ਸਮਾਨ ਰਿਟੇਲ ਤਾਂ ਨਹੀਂ ਕਰ ਪਾ ਰਹੇ ਕਿਉਂਕਿ ਸਾਡੇ ਆਪਣੀ ਰਿਕੁਆਇਰਮੈਂਟ ਬਹੁਤ ਹੁੰਦੀ ਆ। ਹਾਂਜੀ। ਬਟ ਇਨ ਦਾ ਨੀਅਰ ਫਿਊਚਰ ਅਸੀਂ ਸ਼ਾਇਦ ਇੱਕ ਮਤਲਬ ਆਪਣਾ ਡਿਸਟ੍ਰੀਬਿਊਸ਼ਨ ਚੈਨਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੁਖੋ ਇੰਟਰਨੈਸ਼ਨਲ ਦੇ ਨਾਲ। ਠੀਕ ਹੈ ਜੀ। ਸੋ ਦੇਖਦੇ ਹਾਂ ਕਿੱਦਾਂ ਹੁੰਦੀ, ਹਾਓ ਥਿੰਗਸ ਗੋ। ਵੀ ਆਰ ਟ੍ਰਾਇੰਗ ਔਰ ਬੈਸਟ ਕਿਉਂਕਿ ਉਹ ਵੀ ਸਾਨੂੰ ਸਪੋਰਟ ਕਰ ਰਹੇ ਨੇ ਐਂਡ ਵੀ ਆਰ ਟ੍ਰਾਇੰਗ ਔਰ ਬੈਸਟ ਕਿ ਅਸੀਂ ਇਹਨੂੰ ਜਿਹੜਾ ਅੱਗੇ ਲੈ ਕੇ ਜਾਈਏ ਚੀਜ਼। ਬਿਲਕੁਲ ਜੀ, ਬਿਲਕੁਲ। ਅਤੇ ਇਸ ਤੋਂ ਬਾਅਦ ਆਉਂਦੇ ਹਾਂ ਜੀ, ਹੋਰ ਤੁਹਾਨੂੰ ਕਿਹੜੇ ਕਿਹੜੇ ਪਾਰਟਸ ਰਿਪਲੇਸ ਕਰਨੇ ਪਏ ਇਹਨਾਂ ਦੇ, ਜਾਂ ਫਿਰ ਤੁਹਾਨੂੰ ਇਹਨਾਂ ਦੇ ਹੋਰ ਕਿਹੜੇ ਪਾਰਟ ਆਪਾਂ ਰੀਪੇਂਟ ਕੀਤੇ ਨੇ ਇਹਨਾਂ ਤੋਂ ਇਲਾਵਾ? ਦੇਖੋ ਲਾਈਟਸ ਨਵੀਆਂ ਮਗਰਲੀਆਂ ਵੀ ਲੱਗੀਆਂ ਨੇ। ਠੀਕ ਹੈ। ਆਹ ਲਾਈਟ ਰਿਪਲੇਸ ਹੋਈ ਹੈ ਜੀ। ਠੀਕ ਹੈ ਜੀ। ਟੂਲ ਬਾਕਸਿਸ ਦੋਨਾਂ ਟਰੈਕਟਰਾਂ ਦੇ ਥੱਲੇ ਲੱਗੇ ਹੋਏ ਸੀਗੇ ਫੁੱਟਰੈਸਟ, ਕਿਉਂਕਿ ਪਹਿਲਾਂ ਮਿਊਰਿਕ ਸਿਸਟਮ ਲੱਗੇ ਹੋਏ ਸੀ ਇਹਨਾਂ ਦੇ। ਹਾਂਜੀ ਹਾਂਜੀ। ਉਹ ਲਾਤੇ ਸੀ ਤੇ ਹੁਣ ਜਿਹੜੇ ਟੂਲ ਬਾਕਸ ਰਿਪਲੇਸ ਹੋ ਗਿਆ, ਨਵੇਂ ਟੂਲ ਬਾਕਸ ਵੀ ਚੇਂਜ ਹੋਏ ਨੇ। ਟੂਲ ਬਾਕਸ ਨਵੇਂ ਲਾਏ ਨੇ? ਹਾਂਜੀ ਨਵੇਂ ਲਾਏ ਨੇ। ਨਵੇਂ ਲਾਏ ਤੇ ਪੇਂਟ ਵੀ ਕੀਤਾ ਹੋਇਆ ਇਹਨਾਂ ਨੇ। ਬਿਲਕੁਲ ਜੀ। ਤੇ ਭਾਜੀ ਆਪਾਂ ਗੱਲ ਕਰਦੇ ਹਾਂ ਜਦੋਂ ਤੁਹਾਡੇ ਕੋਲ ਹੋਰ ਇੱਧਰ ਆ ਜਾਈਏ ਤਾਂ ਮੈਂ ਤੁਹਾਨੂੰ ਦਿਖਾਣਾ ਗ੍ਰੈਬ ਹੈਂਡਲਸ ਦੋਨੋਂ ਟਰੈਕਟਰਾਂ ਦੇ ਬਹੁਤ ਖਰਾਬ ਸੀ, ਗ੍ਰੈਬ ਹੈਂਡਲ ਨਵੇਂ ਲੱਗੇ ਨੇ। ਇਹ ਗ੍ਰੈਬ ਹੈਂਡਲ ਵੀ ਨਵੇਂ ਵਾਲੇ ਨੇ ਨਾ ਇਹਨਾਂ ਨੂੰ ਲੱਗੇ ਹੋਏ? ਇਹ ਨਵੇਂ ਮਾਡਲਸ ਨੇ। ਠੀਕ ਹੈ ਜੀ। ਮਿਲ ਜਾਂਦੇ ਪੁਰਾਣੇ ਟਾਈਪ ਦੇ ਵੀ, ਪਰ ਫਿਰ ਸਾਡੇ ਕੋਲ ਜੋ ਸਟਾਕ 'ਚ ਸੀਗਾ ਅਸੀਂ ਉਹ ਲਾਤਾ। ਸੈਕਿੰਡ ਇਹ ਹੁੰਦਾ ਕਿ ਥੋੜ੍ਹੀ ਲੁੱਕ ਜਿਹੜੀ ਚੇਂਜ ਹੋ ਜਾਂਦੀ ਆ, ਥੋੜ੍ਹੇ ਸਮਾਰਟ ਲੱਗਣ ਲੱਗ ਜਾਂਦੇ। ਬਿਲਕੁਲ ਜੀ। ਇਹਦੇ ਲਾ ਵਾਲੇ ਆਹ ਸਵਿਚਸ ਨਵੇਂ ਪਏ ਨੇ ਜੀ। ਠੀਕ ਹੈ ਜੀ। ਆਹ ਰੋਡ ਅਸੀਂ ਪੁਰਾਣੀ ਰੱਖੀ ਹੈ, ਜਿੰਨਾ ਅਸੀਂ ਕੋਸ਼ਿਸ਼ ਜੋ ਰੱਖ ਸਕਦੇ ਸੀ ਪੁਰਾਣਾ ਜੋ ਚੱਲ ਸਕਦਾ ਸੀ ਤਾਂ ਕਿ ਰੂਟੀਨ ਦਾ ਟਰੈਕਟਰ ਹੀ ਲੱਗੇ, ਅਸੀਂ ਉਦਾਂ ਦਾ ਹੀ ਰੱਖਤਾ ਇਹਨੂੰ। ਬਿਲਕੁਲ ਜੀ। ਹੁਣ ਇਹ ਟਰੈਕਟਰਾਂ ਨੂੰ ਦੇਖ ਕੇ ਕੋਈ ਆਹ ਨਹੀਂ ਕਹਿ ਸਕਦਾ ਕਿ ਇਹਨਾਂ 'ਚ ਕੁਛ ਰੀਪੇਂਟਸ ਨੇ ਜਾਂ ਕੁਛ ਇਹ ਆ, ਬਸ ਇਹ ਲੱਗਦਾ ਕਿ ਕਿਸੇ ਜ਼ਿੰਮੇਦਾਰ ਨੇ ਬਹੁਤ ਸੰਭਾਲ ਕੇ ਚਲਾਏ ਹੋਏ ਨੇ। ਬਿਲਕੁਲ ਜੀ। ਅਤੇ ਜੇਕਰ ਮੈਂ ਫਾਰਮ ਟਰੈਕ ਔਰ ਮੈਸੀ ਦੇ ਵਿੱਚ ਫਰਕ ਦੀ ਗੱਲ ਕਰਾਂ, ਖਾਸ ਕਰਕੇ ਤੁਹਾਨੂੰ ਤਾਂ ਮੈਸੀ ਕਹਿੰਦਾ ਬਹੁਤ ਪਿਆਰਾ ਹੈ ਨਾ, ਅਤੇ ਤੁਹਾਨੂੰ ਫਾਰਮ ਟਰੈਕ ਔਰ ਮੈਸੀ ਦੇ ਵਿੱਚ ਕੀ ਫਰਕ ਖਾਸ ਕਰਕੇ ਲੱਗਦਾ ਆ? ਦੇਖੋ ਫਰਕ ਤਾਂ ਮਤਲਬ ਵੈਸੇ ਤਾਂ ਬਹੁਤ ਨੇ ਜੀ। ਬੇਸਿਕ ਡਿਜ਼ਾਈਨ ਜਦੋਂ ਸ਼ੁਰੂ ਹੋਏ ਆ ਤਾਂ ਪਹਿਲਾਂ ਇਹ ਫੋਰਡ 3600 ਤੇ ਇਹ ਇਹਨਾਂ ਨੂੰ ਭਰਾ ਹੀ ਕਹਿ ਸਕਦੇ ਸੀ ਆਪਾਂ। ਹਾਂਜੀ। ਥੋੜ੍ਹੇ ਬਹੁਤ ਫਰਕ ਤਾਂ ਆਫਕੋਰਸ ਦੋ ਕੰਪਨੀਜ਼ ਦੇ ਕਾਪੀਰਾਈਟਸ ਹੁੰਦੇ, ਇੱਕ ਦੂਜੇ ਦੇ ਯੂਜ਼ ਨਹੀਂ ਕਰ ਸਕਦੇ ਹੁੰਦੇ, ਬਟ ਅਦਰਵਾਈਜ਼ ਇਹਦੇ ਆਪਣੇ ਐਡਵਾਂਟੇਜਸ ਨੇ ਜੀ। ਇਹ ਭਾਰਾ ਆ ਟਰੈਕਟਰ, ਟ੍ਰੇਲਰ ਲਈ ਬਹੁਤ ਵਧੀਆ, ਟਰਾਲੀਆਂ ਪਾਉਣ ਲਈ ਬਹੁਤ, ਟਰਾਲੀ ਨੂੰ ਖਿੱਚਣ ਲਈ ਬਹੁਤ ਦਮਦਾਰ ਹੈ ਟਰੈਕਟਰ। ਜਿਹੜੇ ਟਿਲੇ 'ਚ ਆ ਉਹ ਮੈਸੀ ਵਾਂਗ ਕੋਈ ਜਿਹੜਾ ਉਹਦਾ ਲਿਫਟ ਦਾ ਕੰਟਰੋਲ ਇੰਨਾ ਪ੍ਰਿਸਾਈਜ਼ ਹੈ ਕਿ ਉਹਦੇ ਵਾਂਗ ਮੈਸੀ ਵਾਂਗ ਕੋਈ ਲਿਫਟ ਨਹੀਂ ਕਿਸੇ ਤੋਂ ਬਣ। ਠੀਕ ਆ ਜੀ। ਫਿਊਲ ਐਫੀਸ਼ੀਐਂਟ ਬਹੁਤ ਜ਼ਿਆਦਾ ਮੈਸੀ, ਇਹ ਤੇਲ ਜ਼ਿਆਦਾ ਖਾਂਦੇ ਨੇ, ਇਹ ਥੋੜ੍ਹਾ ਵੱਧ ਖਾਂਦੇ ਨੇ, ਇਹ ਕਾਫੀ ਵੱਧ ਖਾ ਜਾਂਦੇ ਆ ਜੀ। ਡਿਪੈਂਡ ਕਰਦਾ ਤੁਸੀਂ ਕਿੰਨਾ ਜ਼ੋਰ ਲਾਉਣਾ, ਕਿਉਂਕਿ ਡੀਜ਼ਲ ਕੰਜਮਪਸ਼ਨ ਜਿਹੜੀ ਆ ਇੰਟਾਇਰਲੀ ਲੋਡ ਤੇ ਡਿਪੈਂਡੈਂਟ ਹੁੰਦੀ ਆ। ਸੋ ਪਰ ਮੈਸੀ ਕੰਪੈਰੀਟਿਵਲੀ ਇਹ ਤੋਂ ਫਿਊਲ ਕੰਜਮਪਸ਼ਨ ਚੰਗੀ ਆ ਉਹਦੀ, ਕਿਉਂਕਿ ਫੋਰਡ ਤੋਂ ਬਾਅਦ ਫਾਰਮ ਟਰੈਕ ਔਰ ਹਾਲੈਂਡ ਦੋ ਅਜਿਹੇ ਚਿਹਰੇ ਨਿਕਲੇ ਸੀ ਜਿਨ੍ਹਾਂ ਨੇ ਫੋਰਡ ਨੂੰ ਅੱਗੇ ਤੋਰਨਾ ਸੀ, ਹੈ ਨਾ। ਫੋਰਡ ਦਾ ਜਿਹੜਾ ਲਾਇਸੈਂਸ ਸੀਗਾ ਨਾ ਜੀ, ਉਹ ਸੀਗਾ ਨਿਊ ਹਾਲੈਂਡ ਕੋਲ, ਬਟ ਲੀਗੇਸੀ ਜਿਹੜੀ ਆ ਉਹ ਫਾਰਮ ਟਰੈਕ ਨੇ ਕੈਰੀ ਕੀਤੀ। ਬਿਲਕੁਲ ਜੀ। ਕਿਉਂਕਿ ਫਾਰਮ ਟਰੈਕ ਨੇ ਉਹੀ ਡਿਜ਼ਾਈਨ ਨੂੰ ਅੱਗੇ ਕੈਰੀ ਫਾਰਵਰਡ ਕਰਦੇ ਰਹੇ ਔਰ ਅੱਜ ਤੱਕ ਵੀ ਫਾਰਮ ਟਰੈਕ ਦੇ ਫੋਰਡ 3600 ਦਾ ਸਮਾਨ ਸਾਰਾ ਸਿਮਿਲਰ ਹੈ ਜੀ। ਇਹਦਾ ਸਮਾਨ ਉਹਨੂੰ ਲਾ ਦਿਓ, ਉਹਦਾ ਇਹਨੂੰ ਲਾ ਦਿਓ, ਸੋ ਇਟ ਇਜ਼ ਆਲ ਇੰਟਰਚੇਂਜਬਲ। ਪਰ ਨਿਊ ਹਾਲੈਂਡ ਦਾ ਕੋਈ ਸਮਾਨ ਵੀ ਨਾ ਫਾਰਮ ਟਰੈਕ ਨੂੰ ਲੱਗਦਾ ਨਾ ਫੋਰਡ ਨੂੰ ਲੱਗਦਾ। ਅੱਛਾ। ਨਿਊ ਹਾਲੈਂਡ ਹੁਣ ਇੱਕ ਇੰਟਾਇਰ ਡਿਫਰੈਂਟ ਚੇਂਜ ਚੱਲ ਪਈ ਹੈ ਜੀ, ਉਹ ਇੱਕ ਨਵੀਂ ਹੀ ਚੀਜ਼ ਜਦਕਿ ਲਾਇਸੈਂਸ ਸੀਗੇ ਫੋਰਡ ਦੇ ਨਿਊ ਹਾਲੈਂਡ ਕੋਲੇ। ਠੀਕ ਹੈ ਜੀ। ਕਿਉਂਕਿ ਦੇਖੀਏ ਤਾਂ ਇਹ ਕਾਫੀ ਖੂਬਸੂਰਤ ਟਰੈਕਟਰ ਨੇ, ਜੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ ਪੰਜਾਬੀਆਂ ਨੂੰ ਖਾਸ ਕਰਕੇ ਬਹੁਤ ਪਸੰਦ ਆਉਣ ਵਾਲੇ ਟਰੈਕਟਰ ਨੇ ਇੱਕ ਇਹ, ਹੈ ਨਾ। ਦੇਖੋ ਜੀ, ਫੋਰਡ ਤੋਂ ਬਾਅਦ ਨਾ ਜੀ ਜਿਸ ਟਰੈਕਟਰ ਨੇ ਰਾਜ ਕੀਤਾ ਹੈ ਜੀ, ਉਹ ਹੈਗਾ ਫਾਰਮ ਟਰੈਕ 60। ਸੋ 60 ਨੇ ਨਾਮ ਬੜਾ ਕਮਾਇਆ ਜੀ। ਬਿਲਕੁਲ, ਬਹੁਤ ਪਸੰਦੀਦਾ ਟਰੈਕਟਰ ਹੈ ਜੀ ਫਾਰਮ ਟਰੈਕ 60, ਕਿਉਂਕਿ ਇਹਦੀ ਵੀ ਆਵਾਜ਼ ਜਿਹੜੀ ਹੈ ਨਾ ਫੋਰਡ ਦੇ ਵਾਂਗ ਬੜੀ ਪਿਆਰੀ ਆਵਾਜ਼ ਹੈ ਇਹਦੀ, ਬੜੀ ਮਿੱਠੀ ਜਿਹੀ ਆਵਾਜ਼, ਵਧੀਆ ਆਵਾਜ਼ ਹੈ ਜੀ ਇਹਦੀ। ਇਹ ਟਰੈਕਟਰ ਇਹ ਬਹੁਤ ਪਸੰਦ ਕੀਤਾ ਜਾਂਦਾ ਟਰੈਕਟਰ ਜੀ। ਤੇ ਇਹਦੀ ਗੱਲ ਕਰਦੇ ਹਾਂ, ਤੁਹਾਡੇ ਕੋਲ ਜਦੋਂ ਇਹ ਟਰੈਕਟਰ ਆਏ ਸੀਗੇ ਤਾਂ ਉਦੋਂ ਇਹ ਕਿੱਦਾਂ ਦੀ ਹਾਲਤ ਦੇ ਵਿੱਚ ਸੀ? ਖਾਸ ਕਰਕੇ ਤੁਸੀਂ ਕਹਿੰਦੇ ਪੇਂਟ ਵੀ ਉਤਰਿਆ ਹੋਇਆ ਸੀਗਾ, ਮਤਲਬ ਕਿ ਬਹੁਤ ਜ਼ਿਆਦਾ ਹੀ ਇਹਨਾਂ ਦੀ ਹਾਲਤ ਖਰਾਬ। ਮਕੈਨੀਕਲੀ ਟਰੈਕਟਰਸ ਬਿਲਕੁਲ ਠੀਕ ਸੀ, ਅਸੀਂ ਸਿਰਫ ਸਰਵਿਸਿੰਗ ਕੀਤੀ ਆ। ਠੀਕ ਹੈ ਜੀ। ਸੋ ਰੂਟੀਨ ਦੇ ਵਿੱਚ ਇੱਦਾਂ ਨਾ ਜੀ ਕਿ ਫਾਰਮਰਸ ਡਰਾਈਵਰਸ ਚਲਾਉਂਦੇ ਨੇ ਜੀ, ਸੋ ਡਰਾਈਵਰਸ ਘੱਟ ਕੇਅਰ ਰੱਖਦੇ, ਜਿੰਨੀ ਮਾਲਕ ਆਪ ਰੱਖੂ ਉਹਦੇ ਨਾਲ ਆਫਕੋਰਸ, ਬਟ ਮਕੈਨੀਕਲੀ ਟਰੈਕਟਰ 'ਚ ਕੋਈ ਟੁੱਟ ਭੱਜ ਨਹੀਂ ਸੀ, ਕੋਈ ਖਰਾਬੀ ਨਹੀਂ ਸੀ। ਠੀਕ ਹੈ ਜੀ, ਬਿਲਕੁਲ ਠੀਕ ਸੀ। ਠੀਕ ਛੋਟੇ ਮੋਟੇ ਰਿਪੇਅਰ ਜਿਹੜਾ ਰੂਟੀਨ ਵਾਲੀ ਜਿਹੜੀ ਹੋਣੀ ਹੁੰਦੀ ਹੈ। ਅਤੇ ਗੁਰਜੀਤ ਸਿੰਘ ਜੀ, ਮੇਰੇ ਚੱਲਦੇ ਚੱਲਦੇ ਗੱਲਾਂ 'ਚ ਇੱਕ ਸਵਾਲ ਆਇਆ ਮੇਰੇ ਮਨ ਦੇ ਵਿੱਚ ਕਿ
ਮੇਰੇ ਖਿਆਲ ਮਹੀਨਾ ਕੁ ਤਾਂ ਹੋ ਗਿਆ ਹੋਣਾ ਜੀ। ਠੀਕ ਆ ਜੀ, ਥੋੜ੍ਹਾ ਬਹੁਤ ਘੱਟ ਵੱਧ, ਦੋ ਚਾਰ ਪੰਜ ਦਿਨ ਘੱਟ ਵੱਧ ਹੋ ਸਕਦੇ, ਮੈਂ ਐਗਜੈਕਟਲੀ ਨਹੀਂ ਕਹਿ ਸਕਦਾ ਵੀ ਕਿੰਨੇ ਸੀ। ਠੀਕ ਆ ਜੀ, ਹਾਂਜੀ, ਮਤਲਬ ਜੇ ਤੁਹਾਡੇ ਕੋਲ ਕੰਮ ਦਾ ਜ਼ੋਰ ਬਹੁਤਾ ਨਾ ਹੋਵੇ ਫਿਰ ਤੁਸੀਂ ਇਸ ਤੋਂ ਛੇਤੀ ਵੀ ਕਰਕੇ ਦੇ ਸਕਦੇ ਹੋ। ਰੂਟੀਨ ਵਾਲੇ ਤਾਂ ਜਲਦੀ ਹੋ ਜਾਂਦੇ ਨੇ, ਰੂਟੀਨ ਵਾਲੇ ਨੂੰ ਟਾਈਮ ਨਹੀਂ ਲੱਗਦਾ ਕਿਉਂਕਿ ਇਹ ਨਾ ਇਹ ਵਿਹਲੇ ਸੀਗੇ, ਸਾਨੂੰ ਉਹਨਾਂ ਨੇ ਕਹਿ ਤਾ ਕਿ ਇਦਾਂ ਸਾਡੇ ਕੋਲ ਟਾਈਮ ਖੁੱਲ੍ਹਾ ਹੈ ਇਸ ਕਰਕੇ ਅਸੀਂ ਟਾਈਮ ਲਾ ਲਿਆ ਉਹਨੂੰ। ਫਿਰ ਤਾਂ ਤਸੱਲੀ ਨਾਲ ਕਰ ਲਿਆ, ਹਾਂਜੀ ਅਦਰਵਾਈਜ਼ ਅਸੀਂ ਜਲਦੀ ਕਰਕੇ ਦੇ। ਠੀਕ ਆ ਜੀ, ਕੋਈ ਗੱਲ ਨਹੀਂ, ਤੇ ਚਲੋ ਆਸ ਕਰਦੇ ਹਾਂ ਇਹ ਵੀਡੀਓ ਵੀ ਜਿਹੜੇ ਵੀ ਸਾਡੇ ਫਾਰਮ ਟਰੈਕ ਦੇ 60 ਦੇ ਖਾਸ ਕਰਕੇ ਸ਼ੌਕੀਨ ਨੇ ਉਹਨਾਂ ਦੇ ਪਸੰਦ ਆਊਗੀ, ਔਰ ਤੁਹਾਡੇ ਕੋਲ ਇਹਦੇ ਨਾਲ ਰਿਲੇਟਡ ਹੋਰ ਵੀ ਕੁਐਰੀਜ਼ ਜ਼ਰੂਰ ਆਉਣਗੀਆਂ ਇਸ ਵੀਡੀਓ ਤੋਂ ਬਾਅਦ। ਥੈਂਕ ਯੂ, ਆਸ ਕਰਦੇ ਹਾਂ ਇਹ ਵੀਡੀਓ ਲੋਕਾਂ ਨੂੰ ਪਸੰਦ ਆਊਗੀ, ਅਤੇ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਵੈਲਕਮ।